ਕਿਸਾਨ ਭਰਾਵੋ, ਦੇਖੋ ਖਾ ਖੇਡਾਂ ਕਿਵੇਂ ਆਪਣੀਆਂ ਸਿੱਧੀਆਂ ਪੈਂਦੀਆਂ। ਮਾਣ ਬਹੁਤ ਸੋਹਣਾ ਬਣਿਆ। ਜਿਹੜੀ ਖੇਡ ਦੀ ਉਤਲੀ ਟੋਟਣੀ ਹੁੰਦੀ ਆ, ਜਿਹਨੂੰ ਆਪਾਂ ਕਹਿੰਦੇ ਉੱਤੇ ਕਰੰਗਾ ਬਣਿਆ, ਉਹਨੂੰ ਉੱਤੋਂ ਬਾਈ ਜੀ ਮਾੜਾ ਮਾੜਾ ਟੋਲਾ ਮਾਰੂਗੀ। ਬਾਰਿਸ਼ ਦਾ ਜਿਹੜਾ ਦੱਸੀ ਜਾਂਦੇ ਆ ਮੌਸਮ, ਅਤੇ ਆਪਾਂ ਫਿਰ ਪਹਿਲਾਂ ਜਿਹੜੀਆਂ ਖੇਡਾਂ ਖਿੱਚਦੇ। ਸਤਿ ਸ਼੍ਰੀ ਅਕਾਲ ਕਿਸਾਨ ਭਰਾਵੋ, ਅਤੇ ਭਰਾਵੋ ਕਰਤੀ ਆਪਾਂ ਅੱਜ ਤਿਆਰੀ ਖੇਡਾਂ ਦੀ, ਅਤੇ ਆਪਾਂ ਪਹਿਲਾਂ ਤੁਹਾਨੂੰ ਵਾਹਣ ਵਿਖਾ ਦਈਏ ਜੀ। ਗੋਭੀ ਆ ਵਾਹਣ ਆ ਜੀ, ਇਹ ਗੋਭੀ ਪਹਿਲਾਂ ਪੱਕੀ ਆ, ਆ ਜਾਓ ਤੁਹਾਨੂੰ ਮਿੱਟੀ ਵਿਖਾ ਦਈਏ ਪਹਿਲਾਂ ਤਾਂ ਰਿੜਕੀ ਵੀ। ਐਂ ਜਮਾਂ ਮੱਖਣੀ ਬਣਾਤੀ ਜੀ ਆਪਾਂ, ਡਬਲ ਰੋਟਾਵੇਟਰ ਮਾਰਿਆ ਇਹਦੇ 'ਤੇ, ਪਹਿਲਾਂ ਮਾਰਿਆ ਉਦੋਂ ਬਾਅਦ ਦੋ ਵਾਰੀ ਕਲਟੀਵੇਟਰ, ਫਿਰ ਰੋਟਾਵੇਟਰ, ਅਤੇ ਜਿਹੜੀ ਕੋਈ ਮੁੱਢੀ ਸੀਗੀ ਆਪਣੀ ਪਹਿਲਾਂ ਵਾਲੀ ਗੋਭੀ ਦੇ, ਉਹ ਖਤਮ ਕਰਤੀ ਆਪਾਂ ਜਮਾਂ ਜਮਾਂ। ਇਸ ਤਰ੍ਹਾਂ ਜਿਵੇਂ ਵਾਹਣ ਆਪਣਾ ਬਣੂਗਾ ਤਾਂ ਫਿਰ ਜਿਹੜੀ ਅਗਲੀ ਗੋਭੀ ਆ, ਗੋਭੀ ਵਾਲੇ ਥਾਂ ਗੋਭੀ ਜਿਹੜੀ ਲਾਉਣੀ ਆ, ਉਹ ਇਹੋ ਜਿਹਾ ਵਾਹਣ ਬਣਾ ਕੇ ਫਿਰ ਬਈ ਜੀ ਗੋਭੀ ਚੱਲਦੀ ਆ। ਅਤੇ ਬੱਚਾ ਆਪਣਾ ਆ ਗਿਆ ਜੀ 5505, ਅਤੇ ਖੇਡਾਂ ਪਾਉਣ ਨੂੰ ਬਹੁਤ ਵਧੀਆ ਟਰੈਕਟਰ ਆ ਜੀ ਇਹ। ਖੇਡਾਂ ਖਿੱਚਦਾ ਜਦੋਂ ਆਪਾਂ ਮੱਥਿਆਂ ਤੋਂ ਦੂਰੀ ਵਾਰ ਮੋੜ ਕੇ ਲਾਉਣਾ ਤਾਂ ਬਹੁਤ ਘੱਟ ਮੱਥਿਆਂ ਨੂੰ ਮਿਲਦਾ, ਬਾਕੀ 4x4 ਆ, ਅਤੇ ਹਲ ਆਪਣੇ ਪੂਰੇ ਭਰ ਕੇ ਚੱਲਣੇ ਆ ਮਿੱਟੀ ਦੇ। ਅਤੇ ਜੇ 2-wheeler ਮਗਰ ਆਪਾਂ ਪਹਿਲਾਂ ਵੀ ਪਾਉਂਦੇ ਰਹੇ ਹਾਂ, ਮੈਸੀ ਮਗਰ ਨਾਲ ਪਾਉਂਦੇ ਰਹੇ ਖੇਡਾਂ, ਤਾਂ ਉਹ ਪਾਉਂਦਾ ਤਾਂ ਹੈ ਪਰ ਸਲਿੱਪ ਮਾਰਦਾ। ਇਹਦੇ ਮਤਲਬ ਕਿ 4x4 ਦੇ ਨਾਲ ਸਲਿੱਪ ਬਹੁਤ ਘੱਟ ਮਾਰੂਗਾ, ਅਤੇ ਮਗਰ ਆਪਾਂ ਜੀ ਖੇਡਾਂ ਦੇ ਮਗਰ ਜਿਹੜੇ ਹਾਲ ਆ ਉਹਨਾਂ ਦੇ ਮਗਰ ਬੰਨੀ ਆ ਪੈਪ। ਇਹ ਪੈਪ ਕਿਉਂ ਬੰਨੀ ਆ ਇਹ ਵੀ ਤੁਹਾਨੂੰ ਮੈਂ ਦੱਸੂਗਾ, ਵੀ ਜਦੋਂ ਆਪਾਂ ਖੇਡ ਪਾਉਣੀ ਆ, ਜਿਹੜੀ ਖੇਡ ਦੀ ਉਤਲੀ ਟੋਟਣੀ ਹੁੰਦੀ ਆ, ਜਿਹਨੂੰ ਆਪਾਂ ਕਹਿੰਦੇ ਉੱਤੇ ਕਰੰਗਾ ਬਣਿਆ, ਉਹਨੂੰ ਉੱਤੋਂ ਬਾਈ ਜੀ ਮਾੜਾ ਮਾੜਾ ਟੋਲਾ ਮਾਰੂਗੀ, ਬਹੁਤ ਵਧੀਆ ਪ੍ਰੈਸ ਕਰੂਗੀ ਉੱਤੋਂ ਖੇਡਾਂ, ਐਨ ਵਧੀਆ ਵੀ ਜਦੋਂ ਕੱਲ੍ਹ ਨੂੰ ਆਪਾਂ ਪਾਣੀ ਛੱਡਾਂਗੇ ਖੇਡ ਦੇ ਵਿੱਚ, ਅਤੇ ਜਿਹੜਾ ਕੋਈ ਡਲਾ ਜਾਂ ਕੋਈ ਗੱਪਲ ਥੱਲੋਂ ਹਲ ਕੱਢੂਗਾ, ਉਹ ਪਾਣੀ ਦੇ ਨਾਲ ਜਾਂ ਕਈ ਵਾਰੀ ਆਪਾਂ ਉੱਤੇ ਨਹੀਂ ਫੱਟੀ ਬੰਨਦੇ ਤਾਂ ਉਹਦੇ ਨਾਲ ਕੀ ਹੁੰਦਾ, ਮੁੜ ਕੇ ਉਹ ਜਦੋਂ ਪਾਣੀ ਦੀ ਸਿੱਲ ਚੜ੍ਹਦੀ ਆ ਅਤੇ ਡਲਾ ਉੱਤੋਂ ਡਿੱਗਦਾ, ਤਾਂ ਬੂਟੇ ਦੇ ਵਿੱਚ ਕਈ ਵਾਰੀ ਬੂਟਾ ਵੀ ਪੱਟਿਆ ਜਾਂਦਾ ਜਾਂ ਮਿੱਧਿਆ ਜਾਂਦਾ। ਇਹ ਪਹਿਲਾਂ ਹੀ ਇਹਦਾ ਆਪਾਂ ਹੱਲ ਕਰਤਾ ਵੀ ਉੱਤੋਂ ਜਿਹੜੀ ਆ ਖੇਡ ਆਪਣੀ ਐਂ ਵਧੀਆ ਪ੍ਰੈਸ ਕਰੂਗਾ, ਅਤੇ ਬਹੁਤ ਸੋਹਣੀਆਂ ਬਾਈ ਜੀ ਖੇਡਾਂ ਪੈਣੀਆਂ, ਜਿਹੜੇ ਹਿਸਾਬ ਨਾਲ ਵਾਹਣ ਆਪਣਾ ਮਲਾਈ ਬਣਿਆ ਵਿਆ। ਅਤੇ ਸਿੱਧੀਆਂ ਖੇਡਾਂ ਪਾਵਾਂਗੇ ਆਪਾਂ, ਸਾਰੀਆਂ ਖੇਡਾਂ ਵੀ ਤੁਹਾਨੂੰ ਵਿਖਾਵਾਂਗੇ, ਅਤੇ ਕਰਦੇ ਹਾਂ ਆਪਾਂ ਸ਼ੁਰੂਆਤ ਫਿਰ ਖੇਡਾਂ ਦੀ, ਅਤੇ ਵੇਖਦੇ ਹਾਂ ਫਿਰ ਜ਼ੋਰ ਇਹਦਾ, ਅਤੇ ਦਿਖਾਵਾਂਗੇ ਫਿਰ ਕਿਹੜੇ ਹਿਸਾਬ ਨਾਲ ਪੈਂਦੀਆਂ ਜੀ ਖੇਡਾਂ। ਅਤੇ ਠੰਡ ਵੀ ਬਹੁਤ ਆ, ਅਤੇ ਕੰਮ ਵੀ ਆਪਾਂ ਨੂੰ ਥੋੜ੍ਹਾ ਥੋੜ੍ਹਾ ਫਿਰ ਜਾਰੀ ਰੱਖਣਾ ਪੈਂਦਾ। 2 ਘੰਟੇ ਵਿੱਚੋਂ ਧੁੱਪ ਨਿਕਲਦੀ ਆ, ਉਦੋਂ ਥੋੜ੍ਹਾ ਜਿਹਾ ਕੋਈ ਕੰਮ ਚਲਾ ਲੈਂਦੇ ਹਾਂ, ਮਗਰ ਗੋਭੀ ਦਾ ਕੰਮ ਵੀ ਚੱਲੀ ਜਾਂਦਾ, ਅਗਲਾ ਕੰਮ ਆਪਾਂ ਗੋਭੀ ਦੀ ਸਪਲਾਈ ਦਾ। ਫਿਰ ਲਓ ਜੀ ਕਰਦੇ ਹਾਂ ਤਿਆਰੀ ਫਿਰ ਆਪਾਂ। ਇਸ ਤਰ੍ਹਾਂ ਬਾਈ ਜੀ ਬੜੀ ਸਫਾਈ ਨਾਲ ਖੇਡਾਂ ਪੈਂਦੀਆਂ, ਅਤੇ ਲਾਉਣੇ ਆ ਟਾਈਮ ਫਿਰ ਆਪਾਂ ਖੇਡਾਂ ਪਾਉਣ ਦਾ, ਕਿਉਂਕਿ ਗਾਂਹ 28 ਤਰੀਕ ਤੋਂ ਲੈ ਕੇ ਅਤੇ 2-3 ਤਰੀਕ ਤਾਈਂ ਬਾਰਿਸ਼ ਦਾ ਜਿਹੜਾ ਦੱਸੀ ਜਾਂਦੇ ਆ ਮੌਸਮ, ਅਤੇ ਆਪਾਂ ਫਿਰ ਪਹਿਲਾਂ ਜਿਹੜੀਆਂ ਖੇਡਾਂ ਖਿੱਚਦੇ ਲਾਉਣੇ ਆ ਫਿਰ 1.25 ਘੰਟਾ ਬਾਈ ਜੀ ਖੇਡਾਂ 'ਤੇ। ਤਾਂ ਕਿਸਾਨ ਭਰਾਵੋ, ਜਿਹੜੀਆਂ ਖੇਡਾਂ ਆਪਾਂ ਪਾਉਂਦੇ ਹਾਂ, ਆਪਾਂ ਖੇਡ ਦੇ ਵਿੱਚ ਖੇਡ ਰੱਖ ਕੇ ਨਹੀਂ ਕਿਤੇ ਪਾਈ,
ਆਪਣਾ ਹੱਥ ਹੀ ਇੰਨਾ ਸਾਫ਼ ਹੋ ਗਿਆ ਖੇਲ ਪਾਉਣ ਦੇ ਵਿੱਚ ਵੀ ਇਸ ਹਿਸਾਬ ਨਾਲ ਟਰੈਕਟਰ ਨੂੰ ਓਨੀ ਦੂਰੀ 'ਤੇ ਰੱਖੀਦਾ ਵੀ ਖੇਲ ਹੈ ਜਿਹੜੀ ਦੂਜੀਆਂ ਖੇਡਾਂ ਦੇ ਬਰਾਬਰ ਖੇਲ ਪਊਗੀ ਇੱਕੋ ਜੀ, ਉਹਦਾ ਤੁਹਾਨੂੰ ਭੋਰਾ ਵੀ ਫਰਕ ਨਾ ਦਿਸੂਗਾ ਵੀ ਖੇਲ ਕਿਵੇਂ ਪੈਂਦੀ ਆ। ਅਤੇ ਇਸ ਤਰ੍ਹਾਂ ਆਪਾਂ ਖੇਡਾਂ ਬਾਈ ਜੀ ਅੱਜ ਖਿੱਚ ਰਹੇ ਹਾਂ, ਮੌਸਮ ਜਿਹੜਾ ਉਹ ਦੱਸ ਰਹੇ ਆ ਵੀ ਖਰਾਬ ਖਰਾਬੀ 'ਚ ਆ, ਅਤੇ ਆਪਾਂ ਜੇ ਪਹਿਲਾਂ ਖੇਡਾਂ ਪੈ ਜਾਣਗੀਆਂ ਤਾਂ ਆਪਾਂ ਨੂੰ ਜਿਹੜੀ ਕੋਈ ਡੈਕਟ ਆ ਮੱਥੇ ਕੱਢਣ ਦੀ ਜਾਂ ਖਾਲਾ ਕੋਈ ਪਾਉਣਾ ਉਹ ਆਪਾਂ ਪਹਿਲਾਂ ਪਾ ਸਕਦੇ ਹਾਂ। ਜੇ ਬਾਰਿਸ਼ ਹੋ ਵੀ ਜਾਊਗੀ ਤਾਂ ਕੋਈ ਦਿੱਕਤ ਨਹੀਂ ਵੱਡੀ ਆਪਾਂ ਨੂੰ। ਤਾਂ ਕਿਸਾਨ ਭਰਾਵੋ ਦੇਖੋ ਖਾ ਖੇਡਾਂ ਕਿਵੇਂ ਆਪਣੀਆਂ ਸਿੱਧੀਆਂ ਪੈਂਦੀਆਂ, ਮਾਣ ਬਹੁਤ ਸੋਹਣਾ ਬਣਿਆ ਅਤੇ ਖੇਡ ਵੀ ਬੜੀ ਸੋਹਣੀ ਬਣਦੀ ਆ। ਪਾਉਂਦੇ ਹਾਂ ਖੇਡਾਂ ਫਿਰ ਜੀ, ਬਣੇ ਰਿਹੋ ਜੇ ਪੇਜ ਨਾਲ ਅਤੇ ਯੂਟਿਊਬ ਚੈਨਲ ਨਾਲ, ਦਿਖਾਵਾਂਗੇ ਤੁਹਾਨੂੰ ਫਿਰ ਅੱਗੇ ਗੋਭੀ ਲੱਗਦੀ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ।